ਜਿਵੇਂ ਜਿਵੇਂ ਚੋਣਾਂ ਨੇੜੇ ਆ ਰਹੀਆਂ ਹਨ, ਪੰਜਾਬ ਸਰਕਾਰ ਚੁਫੇਰਿਓਂ ਘਿਰਦੀ ਜਾ ਰਹੀ ਹੈ। ਲਾਈਨਮੈਨ ਯੂਨੀਅਨ, ਟੀਚਰ ਯੂਨੀਅਨ ਅਤੇ ਹੁਣ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਦੇ ਕੱਢੇ ਗਏ ਸਫਾਈ ਕਰਮਚਾਰੀ ਨੇ ਆਰ ਪਾਰ ਦੀ ਲੜਾਈ ਸ਼ੁਰੂ ਕਰ ਦਿੱਤੀ ਹੈ। ਤਿੰਨ ਮੁਲਾਜ਼ਮ ਪੈਟਰੋਲ ਦੀਆਂ ਬੋਤਲਾਂ ਲੈ ਕੇ ਸਿਵਲ ਹਸਪਤਾਲ ਫਰੀਦਕੋਟ ਵਿੱਚ ਬਣੀ ਪਾਣੀ ਦੀ ਟੈਂਕੀ ਉੱਤੇ ਚੜ ਗਏ। ਇਸ ਮੌਕੇ ਗੱਲਬਾਤ ਕਰਦਿਆਂ ਕਰਮਚਾਰੀ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਮੁਲਾਜ਼ਮ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪਿਛਲੀ ਕਾਫ਼ੀ ਲੰਬੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਨ। ਜਦੋਂ ਇਹਨਾਂ ਦੀ ਕਿਸੇ ਨੇ ਸੁਣਵਾਈ ਨਹੀਂ ਕੀਤੀ ਤਾਂ ਉਹਨਾਂ ਵੱਲੋਂ ਅੱਜ ਆਖਰੀ ਰਸਤਾ ਤਿਆਰ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਜਿੰਨਾ ਚਿਰ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਚਿਰ ਉਹਨਾਂ ਦਾ ਸੰਘਰਸ਼ ਜਾਰੀ ਰਹੇਗਾ। ਇਹ ਸੰਘਰਸ਼ ਲਗਾਤਾਰ 4 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਚੱਲਦੇ ਨੂੰ ਮੈਡੀਕਲ ਦੇ ਅੰਦਰ। ਇਹ ਸਫਾਈ ਕਰਮਚਾਰੀ ਲਗਾਤਾਰ 7-8 ਸਾਲ ਤੋਂ ਇੱਥੇ ਅੰਦਰ ਬਿਲਡਿੰਗ 'ਚ ਕੰਮ ਕਰ ਰਹੇ ਸਨ ਔਰ ਲਗਾਤਾਰ ਕੰਮ ਕਰਦਿਆਂ ਅਚਾਨਕ ਮੈਡੀਕਲ ਸੁਪਰਡੈਂਟ ਅਤੇ ਉੱਥੋਂ ਦਾ VC ਅਤੇ ਉੱਥੋਂ ਦੀ ਜਿਹੜੀ ਮੈਨੇਜਮੈਂਟ ਆ ਉਹਨਾਂ ਨੇ ਰਲ ਕੇ ਇਹਨਾਂ ਦਾ ਜਿਹੜਾ ਠੇਕਾ ਜਿਹੜਾ 200 ਬੰਦਾ ਲਗਭਗ ਕੰਮ ਕਰਦਾ ਸੀ, 109 ਬੰਦਿਆਂ ਨੂੰ ਠੇਕਾ ਦੇ ਕੇ ਇਹਨਾਂ ਕਰਮਚਾਰੀਆਂ ਨੂੰ ਫਾਰਗ ਕਰ ਦਿੱਤਾ। ਅਸੀਂ ਅਗਲੇ ਦਿਨ ਹੜਤਾਲ ਕੀਤੀ। ਹੜਤਾਲ ਤੋਂ ਬਾਅਦ 199 ਕਰਮਚਾਰੀ ਫਿਰ ਅੰਦਰ ਵਾਪਸ ਲਏ ਗਏ। 1 ਮਹੀਨੇ ਬਾਅਦ ਫਿਰ ਅਸੀਂ ਕਰਮਚਾਰੀਆਂ ਨੂੰ ਫਾਰਗ ਕਰ ਦਿੱਤਾ ਗਿਆ ਔਰ ਉਹਨਾਂ ਦੀ ਜਿਹੜੀ ਤਨਖਾਹ ਬਣਦੀ ਹੈ ਅਸੀਂ ਆਪਣੇ ਸੰਘਰਸ਼ ਦੇ ਨਾਲ ਲਈ। ਇਹਨਾਂ ਨੇ ਸਾਨੂੰ ਭਰੋਸਾ ਦਿੱਤਾ, ਇਹਨਾਂ ਦਾ ਘਰਾਓ ਵਗੈਰਾ ਕੀਤੇ ਗਏ, ਭਰੋਸਾ ਦਿੱਤਾ ਵੀ ਇਹਨਾਂ ਨੂੰ ਅਸੀਂ ਵਾਪਸ ਲੈ ਲਾਂਗੇ, ਨਵਾਂ ਠੇਕਾ ਕਰਾਂਗੇ ਜਾਂ ਜਿੱਦਾਂ ਵੀ ਵਾਪਸ ਲਈਏ ਅਸੀਂ ਇਹਨਾਂ ਨੂੰ ਵਾਪਸ ਕਰ ਲਾਂਗੇ। ਅੱਜ 1 ਮਹੀਨੇ ਤੋਂ ਠੇਕਾ ਟੁੱਟ ਚੁੱਕਿਆ ਔਰ 109 ਕਰਮਚਾਰੀ ਜਿਹੜੇ ਯੂਨੀਵਰਸਿਟੀ ਦੇ ਅੰਡਰ ਕੰਮ ਕਰ ਰਹੇ ਆ। ਅਸੀਂ ਇਹਨਾਂ ਨਾਲ ਜਦੋਂ ਮੀਟਿੰਗ ਦੇ ਵਿੱਚ ਗੱਲ ਕੀਤੀ, ਇਹਨਾਂ ਨੇ ਕਿਹਾ ਵੀ ਅਸੀਂ ਇਹਨਾਂ ਕਰਮਚਾਰੀਆਂ ਨੂੰ ਅੰਡਰ ਕਰ ਲਾਂਗੇ ਪਰ ਠੇਕੇ ਵਿੱਚ 5 ਦਿਨ ਲੱਗਦੇ ਆ, 10 ਦਿਨ ਲੱਗਦੇ ਆ, ਇਹ ਲਾਰੇ ਲੱਪਿਆਂ ਨੂੰ ਅੱਜ 1.5 ਮਹੀਨੇ ਤੋਂ ਉੱਪਰ ਸਮਾਂ ਹੋ ਚੁੱਕਿਆ। ਲਗਾਤਾਰ ਬੈਠੇ 4 ਮਹੀਨੇ ਤੋਂ ਸਫਾਈ ਕਰਮਚਾਰੀਆਂ ਦੇ ਆਗੂ ਜਿਹੜੇ ਸਲੀਮ ਅਤੇ ਵਿਸ਼ਾਲ ਅਤੇ ਨਾਲ ਹੀ ਉਹਨਾਂ ਦੇ ਸਾਥੀ ਕੁਲਵੰਤ, ਇਹ 3-4 ਸਾਥੀ ਅੱਜ ਸਾਡੇ ਟੈਂਕੀ ਦੇ ਉੱਪਰ ਚੜ੍ਹੇ ਹੋਏ ਆ ਔਰ ਜਦੋਂ ਤੱਕ ਇਸ ਮਸਲੇ ਦਾ ਹੱਲ ਨਹੀਂ ਹੁੰਦਾ ਉਦੋਂ ਤੱਕ ਇਹ ਸੰਘਰਸ਼ ਸਾਡਾ ਜਾਰੀ ਰਹੂਗਾ। ਇਹ ਪ੍ਰਸ਼ਾਸਨ, ਜ਼ਿਲ੍ਹਾ ਪ੍ਰਸ਼ਾਸਨ ਅਤੇ ਮੈਡੀਕਲ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ ਜਿਨ੍ਹਾਂ ਨੇ ਲਗਾਤਾਰ ਇਹਨਾਂ ਨੂੰ ਭੁੱਖੇ ਬੈਠਣ, ਇਹ ਆਪਦਾ ਜਿਹੜਾ ਇਹਨਾਂ ਦੀ ਜੋ ਆਪਦੀ ਪਲੈਨਿੰਗ ਸੀ ਜਥੇਬੰਦੀ ਦੀ ਉਹਦੇ ਮੁਤਾਬਕ ਇਹਨਾਂ ਕੋਲ ਆਪਦਾ ਸਭ ਕੁਝ ਹੈਗਾ ਵੀ ਜੇ ਕਿਸੇ ਤਰ੍ਹਾਂ ਦੀ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਧੱਕਾ ਮੁੱਕੀ ਕੀਤੀ ਗਈ ਤਾਂ ਇਹਦੇ ਗੰਭੀਰ ਸਿੱਟੇ ਨਿਕਲ ਸਕਦੇ। ਇਸ ਮੌਕੇ ਪਹੁੰਚੇ ਤਹਿਸੀਲਦਾਰ ਜਰਨੈਲ ਸਿੰਘ ਨੇ ਕਿਹਾ ਕਿ ਕਰਮਚਾਰੀਆਂ ਦੀਆਂ ਮੰਗਾਂ ਸੰਬੰਧੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨਾਲ ਮੁਲਾਜ਼ਮਾਂ ਦੀ ਮੀਟਿੰਗ ਕਰਵਾਈ ਜਾ ਰਹੀ ਹੈ ਅਤੇ ਜਲਦੀ ਇਹ ਮਾਮਲਾ ਹੱਲ ਕਰ ਲਿਆ ਜਾਵੇਗਾ। ਜੋ ਕੱਚੇ ਮੁਲਾਜ਼ਮ ਨੇ, ਸਫਾਈ ਸੇਵਕ ਨੇ, ਉਹਨਾਂ ਨੇ ਅੱਜ ਧਰਨਾ ਲਾਇਆ ਸੀਗਾ ਅਤੇ ਇਹਦੇ ਸੰਬੰਧ 'ਚ ਡਿਪਟੀ ਕਮਿਸ਼ਨਰ ਜੀ ਨਾਲ ਗੱਲ ਹੋ ਗਈ ਆ ਅਤੇ ਉਹਨਾਂ ਨਾਲ ਜਿਹੜੀ ਮੁਲਾਕਾਤ ਕਰਾ ਕੇ ਇਹਦਾ ਵੀ ਰਿਜ਼ਲਟ ਅਸੀਂ ਹੁਣੇ ਕੱਢ ਦੇਣੇ। ਟੈਂਕੀ ਉੱਤੇ 2 ਮੁਲਾਜ਼ਮ ਚੜ੍ਹੇ ਆ ਜੀ, ਉਹਨਾਂ 'ਚ ਬੇਨਤੀ ਕਰਦੀ ਹੈ ਵੀ ਕੋਈ ਵੀ ਜਿਹੜੀ ਆ ਅਣਸੁਣ ਘਟਨਾ ਜਿਹੜੀ ਨਾ ਵਾਪਰੇ ਉਹਦੇ ਬਾਰੇ ਕਾਰਵਾਈ ਨਾ ਕਰਨੀ। ਫਰੀਦਕੋਟ ਤੋਂ ਸੂਰਜ ਪ੍ਰਕਾਸ਼ ਦੀ ਰਿਪੋਰਟ, ਪੰਜਾਬ ਟੂਡੇ।